ਕੀ ਮਰਨ ਤੋਂ ਬਾਅਦ ਵੀ ਕੋਈ ਜ਼ਿੰਦਾ ਰਹਿ ਸਕਦਾ ਹੈ? ਮਰਨ ਤੋਂ ਬਾਅਦ ਵੀ ਜ਼ਿੰਦਾ ਰਹਿਣ ਵਾਲੇ ਸ਼ਹੀਦ? ਜੀ ਹਾਂ ਦੋਸਤੋ, ਤੁਸੀਂ ਬਿਲਕੁਲ ਠੀਕ ਸੁਣਿਆ ਹੈ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਬਾਬਾ ਹਰਭਜਨ ਸਿੰਘ ਜੀ ਦੀ। ਸੋ ਵੀਡੀਓ ਨੂੰ ਪੂਰੀ ਦੇਖਣਾ ਜੀ। ਇਹ ਗੱਲ ਬਿਲਕੁਲ ਸੱਚ ਹੈ ਕਿ ਕਿਸੇ ਫੌਜੀ ਦੇ ਅੰਦਰੋਂ ਜਾਨ ਵੀ ਕੱਢ ਲਈ ਜਾਵੇ ਤਾਂ ਵੀ ਉਸ ਦੇ ਅੰਦਰੋਂ ਦੇਸ਼ ਭਗਤੀ ਨਹੀਂ ਜਾਂਦੀ। ਬੇਸ਼ੱਕ ਕੁਝ ਲੋਕ ਇਸ ਗੱਲ ਤੇ ਯਕੀਨ ਨਾ ਵੀ ਕਰਦੇ ਹੋਣ, ਪਰ ਅੱਜ ਦੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਸ ਗੱਲ ਦੇ ਉੱਪਰ ਯਕੀਨ ਹੋ ਜਾਵੇਗਾ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਭਾਰਤ ਦੇ ਇਦਾਂ ਦੇ ਇੱਕ ਸਿਪਾਹੀ ਦੀ ਗੱਲ ਕਰਨ ਜਾ ਰਹੇ ਹਾਂ ਜੋ ਮਰਨ ਤੋਂ ਬਾਅਦ ਵੀ ਆਪਣੀ ਸਰਹੱਦ ਦੇ ਉੱਪਰ ਪਹਿਰਾ ਦਿੰਦਾ ਰਿਹਾ ਹੈ। ਵੈਸੇ ਤਾਂ ਇਸ ਫੌਜੀ ਵੀਰ ਦੀ ਮੌਤ 1968 ਦੇ ਵਿੱਚ ਹੀ ਹੋ ਗਈ ਸੀ, ਪਰ ਅੱਜ ਵੀ ਇਸ ਫੌਜੀ ਵੀਰ ਦੀ ਆਤਮਾ ਜੋ ਕਿ ਦੇਸ਼ ਭਗਤੀ ਦੇ ਨਾਲ ਭਰੀ ਹੋਈ ਹੈ ਆਪਣੇ ਦੇਸ਼ ਦੀ ਸਰਹੱਦ ਤੇ ਚੀਨ ਦੇ ਬਾਰਡਰ ਦੇ ਉੱਪਰ ਪਹਿਰਾ ਦੇ ਰਹੀ ਹੈ। ਇਹ ਗੱਲ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਹੈ ਜਦੋਂ ਇੰਡੀਆ ਤੇ ਚੀਨ ਦੇ ਬਾਰਡਰ ਤੇ ਬਹੁਤ ਜ਼ਿਆਦਾ ਠੰਡ ਦੇ ਮੌਸਮ ਵਿੱਚ ਦੋ ਨੌਜਵਾਨ ਫੌਜੀ ਪਹਿਰਾ ਦੇ ਰਹੇ ਸਨ। ਠੰਡ ਇੰਨੀ ਜ਼ਿਆਦਾ ਸੀ ਕਿ ਸਹਿਣ ਨਹੀਂ ਸੀ ਹੋ ਰਹੀ, ਇਦਾਂ ਦੀ ਠੰਡ ਕੇ ਖੂਨ ਵੀ ਜੰਮ ਜਾਏ। ਉਸ ਵਕਤ ਦੋਨਾਂ ਨੂੰ ਨੀਂਦ ਆ ਗਈ। ਨੀਂਦ ਆਈ ਹੀ ਸੀ ਕਿ ਦੋਨਾਂ ਦੀਆਂ ਗੱਲਾਂ ਤੇ ਜ਼ੋਰਦਾਰ ਥੱਪੜ ਵੱਜਾ ਤੇ ਇੱਕਦਮ ਉਹ ਜਾਗ ਗਏ। ਅੱਖਾਂ ਖੁੱਲੀਆਂ ਤਾਂ ਉਹਨਾਂ ਦੇ ਸਾਹਮਣੇ ਇੱਕ ਫੌਜੀ ਖੜਾ ਸੀ ਜੋ ਇਹਨਾਂ ਨੂੰ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ ਕਿ ਆਪਣੀ ਡਿਊਟੀ ਸਖਤੀ ਨਾਲ ਕਰੋ ਕਿਉਂਕਿ ਦੇਸ਼ ਦੀ ਰੱਖਿਆ ਤੁਹਾਡੇ ਹੱਥ ਵਿੱਚ ਹੈ। ਫੌਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੋਨੋਂ ਸਿਪਾਹੀ ਬਹੁਤ ਸ਼ਰਮਿੰਦਾ ਹੋਏ। ਉਹਨਾਂ ਨੇ ਕਿਹਾ ਕਿ ਬਾਬਾ ਜੀ ਸਾਨੂੰ ਮਾਫ਼ ਕਰਨਾ, ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗੇ। ਹਾਂਜੀ ਪਿਆਰਿਓ, ਅਸਲ ਵਿੱਚ ਇਹ ਬਾਬਾ ਜੀ ਕੋਈ ਹੋਰ ਨਹੀਂ ਬਲਕਿ ਸ਼ਹੀਦ ਹਰਭਜਨ ਸਿੰਘ ਜੀ ਸੀ, ਜਿਨ੍ਹਾਂ ਦੀ ਸ਼ਹੀਦੀ 1968 ਵਿੱਚ ਹੀ ਹੋ ਚੁੱਕੀ ਸੀ, ਪਰ ਸ਼ਹੀਦ ਹੋਣ ਤੋਂ ਬਾਅਦ ਵੀ ਹਰਭਜਨ ਸਿੰਘ ਜੀ ਸਰਹੱਦ 'ਤੇ ਪਹਿਰਾ ਦਿੰਦੇ ਰਹੇ। ਇੱਥੇ ਆਪ ਜੀ ਨੂੰ ਇਹ ਵੀ ਦੱਸਦੇ ਹਾਂ ਕਿ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ, ਬਲਕਿ ਇਸ ਤੋਂ ਇਲਾਵਾ ਵੀ ਇਸ ਤਰ੍ਹਾਂ ਦੇ ਕਈ ਕਿੱਸੇ ਹਨ ਜਿਸ ਤੋਂ ਇਹ ਸਬੂਤ ਮਿਲਦਾ ਹੈ ਕਿ ਇਹ ਦੇਸ਼ ਭਗਤ, ਦੇਸ਼ ਦਾ ਸੱਚਾ ਸੁੱਚਾ ਸਿਪਾਹੀ ਜਿਸ ਨੇ ਆਪਣਾ ਸਰੀਰ ਤਾਂ ਤਿਆਗ ਦਿੱਤਾ ਪਰ ਆਪਣੇ ਦੇਸ਼ ਦੀ ਰੱਖਿਆ ਕਰਨੀ ਬੰਦ ਨਹੀਂ ਕੀਤੀ। ਭਾਰਤ ਅਤੇ ਚੀਨ ਦੀ ਸੀਮਾ 'ਤੇ ਨਾਥੂਲਾ ਇੱਕ ਐਸੀ ਜਗ੍ਹਾ ਹੈ ਜਿੱਥੋਂ ਦਾ ਤਾਪਮਾਨ ਪੂਰਾ ਸਾਲ ਹੀ ਠੰਡਾ ਰਹਿੰਦਾ ਹੈ ਅਤੇ ਠੰਡੇ ਮੌਸਮ ਦੇ ਸਮੇਂ ਤਾਂ ਇੱਥੇ ਖੂਨ ਨੂੰ ਜਮਾ ਦੇਣ ਵਾਲੀ ਠੰਡ ਪੈਂਦੀ ਹੈ। ਬਰਫ਼ ਨਾਲ ਢੱਕੀਆਂ ਪਹਾੜੀਆਂ 'ਤੇ ਕਦੀ ਪੈਰ ਤਿਲਕਦੇ ਨੇ ਅਤੇ ਕਦੀ ਸਾਹ ਫੁੱਲਦਾ। ਇਸ ਜਗ੍ਹਾ 'ਤੇ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਬਹੁਤ ਔਖਾ ਹੈ, ਪਰ ਫਿਰ ਵੀ ਮਾਵਾਂ ਦੇ ਪੁੱਤ ਦੇਸ਼ ਦੀ ਰੱਖਿਆ ਕਰਨ ਲਈ ਇੱਥੇ ਡਟੇ ਰਹਿੰਦੇ ਹਨ ਤਾਂ ਕਿ ਚੀਨ ਦੀ ਫੌਜ ਕੋਈ ਸਾਜ਼ਿਸ਼ ਨਾ ਕਰ ਸਕੇ। ਪਰ ਕਈ ਵਾਰ ਇੱਥੋਂ ਦੀ ਸੁੱਕੀ ਠੰਡ ਕਰਕੇ ਸਿਪਾਹੀ ਆਪਣੀ ਹਿੰਮਤ ਹਾਰਨ ਲੱਗ ਪੈਂਦੇ ਹਨ, ਪਰ ਜਿਵੇਂ ਹੀ ਐਸਾ ਕੁਝ ਹੁੰਦਾ ਹੈ ਤਾਂ ਹਰਭਜਨ ਸਿੰਘ ਜੀ ਦੀ ਆਤਮਾ ਉਹਨਾਂ ਨੂੰ ਹੌਸਲਾ ਦੇਣ ਲਈ ਤਿਆਰ ਰਹਿੰਦੀ ਹੈ। ਲੱਖਾਂ ਹੀ ਮੁਸ਼ਕਲ ਹਾਲਾਤਾਂ ਵਿੱਚ ਵੀ ਇਹਨਾਂ ਸਿਪਾਹੀਆਂ ਦਾ ਹੌਸਲਾ ਟੁੱਟਦਾ ਨਹੀਂ, ਕਿਉਂਕਿ ਇੱਥੇ ਬਹੁਤ ਸਾਰੇ ਸਿਪਾਹੀਆਂ ਵਿੱਚ ਇੱਕ ਐਸਾ ਸਿਪਾਹੀ ਵੀ ਮੌਜੂਦ ਹੈ ਜੋ ਦਿਖਾਈ ਤਾਂ ਨਹੀਂ ਦਿੰਦਾ ਪਰ ਦੇਸ਼ ਦੀ ਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਇਸੇ ਕਰਕੇ ਇੰਨੀ ਜ਼ਿਆਦਾ ਠੰਡ ਵਿੱਚ ਵੀ ਦੇਰ ਤੱਕ ਡਿਊਟੀ ਕਰਨ ਵਾਲੇ ਫੌਜੀ ਨੌਜਵਾਨਾਂ ਦੀ ਅੱਖ ਵਿੱਚ ਨੀਂਦ ਨਹੀਂ ਹੁੰਦੀ, ਉਹ ਪੂਰੀ ਲਗਨ ਨਾਲ ਆਪਣੀ ਡਿਊਟੀ ਕਰਦੇ ਹਨ। ਇਸ ਕਰਕੇ ਕਿ ਜੇਕਰ ਇੱਕ ਨੌਜਵਾਨ ਮਰ ਕੇ ਵੀ ਆਪਣੀ ਡਿਊਟੀ ਕਰ ਰਿਹਾ ਹੈ ਤਾਂ ਅਸੀਂ ਜਿੰਦੇ ਜੀ ਕਿਉਂ ਨਹੀਂ ਕਰ ਸਕਦੇ? ਇੰਨੀ ਕੋਸ਼ਿਸ਼ ਦੇ ਬਾਵਜੂਦ ਜੇਕਰ ਗਲਤੀ ਨਾਲ ਕਿਸੇ ਨੂੰ ਨੀਂਦ ਆ ਵੀ ਜਾਵੇ ਤਾਂ ਸ਼ਹੀਦ ਬਾਬਾ ਹਰਭਜਨ ਸਿੰਘ ਜੀ ਦਾ ਥੱਪੜ ਉਹਨਾਂ ਦੀ ਗੱਲ 'ਤੇ ਵੱਜਣ ਲਈ ਤਿਆਰ ਰਹਿੰਦਾ ਹੈ। ਸਿਰਫ ਇੰਨਾ ਹੀ ਨਹੀਂ ਬਲਕਿ ਜੇਕਰ ਚੀਨ ਵੱਲੋਂ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਸ਼ਹੀਦ ਹਰਭਜਨ ਸਿੰਘ ਜੀ ਘੋੜੇ 'ਤੇ ਸਵਾਰ ਹੋ ਕੇ ਉਹਨਾਂ ਦਾ ਰਾਹ ਰੋਕ ਦਿੰਦੇ ਹਨ। ਸ਼ਹੀਦ ਹਰਭਜਨ ਸਿੰਘ ਜੀ ਦੇਸ਼ ਦੇ ਇੱਕ ਆਮ ਸਿਪਾਹੀ ਸਨ। ਸਾਲ 1967 ਵਿੱਚ ਇਹਨਾਂ ਦੀ ਪੋਸਟਿੰਗ ਭਾਰਤ ਅਤੇ ਚਾਈਨਾ ਦੇ ਬਾਰਡਰ 'ਤੇ ਹੋਈ ਸੀ। ਹਰਭਜਨ ਸਿੰਘ ਜੀ ਆਪਣੀ ਡਿਊਟੀ ਬੜੀ ਲਗਨ ਦੇ ਨਾਲ ਕਰ ਰਹੇ ਸਨ, ਪਰ ਸਾਲ 1968 ਵਿੱਚ ਉਹਨਾਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਕਰਕੇ ਉਹਨਾਂ ਦੀ ਜਾਨ ਚਲੀ ਗਈ। ਇੱਕ ਨਾਲੇ ਨੂੰ ਪਾਰ ਕਰਦੇ ਸਮੇਂ ਪਾਣੀ ਦੇ ਬਹੁਤ ਤੇਜ਼ ਵਗਣ ਦੇ ਨਾਲ ਉਹ ਪਾਣੀ ਦੇ ਵਹਾਅ ਵਿੱਚ ਰੁੜਨ ਲੱਗ ਪਏ। ਪੈਟਰੋਲਿੰਗ ਕਰਦੇ ਸਮੇਂ ਉਹ ਇੱਕ ਘੋੜੇ ਦੀ ਪੂਛ ਪਕੜ ਕੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅਚਾਨਕ ਉਹਨਾਂ ਦਾ ਹੱਥ ਪੂਛ ਦੇ ਉੱਪਰੋਂ ਤਿਲਕ ਗਿਆ ਅਤੇ ਉਹ ਪਾਣੀ ਦੇ ਵਹਾਅ ਦੇ ਵਿੱਚ ਰੁੜਦੇ ਹੀ ਚਲੇ ਗਏ। ਜਿਵੇਂ ਹੀ ਬਾਕੀ ਸਿਪਾਹੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਹਨਾਂ ਨੂੰ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਪਰ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਬਹੁਤ ਸਮਾਂ ਲੰਘਣ ਤੋਂ ਬਾਅਦ ਵੀ ਜਦੋਂ ਇਹ ਆਪਣੀ ਡਿਊਟੀ ਦੇ ਉੱਪਰ ਨਾ ਪਹੁੰਚੇ
ਤਾਂ ਸਿਪਾਹੀਆਂ ਨੂੰ ਇਦਾਂ ਲੱਗਾ ਕਿ ਹਰਭਜਨ ਸਿੰਘ ਜੀ ਆਪਣੀ ਡਿਊਟੀ ਛੱਡ ਕੇ ਭੱਜ ਗਏ ਹਨ। ਇੱਥੋਂ ਤੱਕ ਕਿ ਭਾਰਤ ਦੀ ਸੈਨਾ ਨੇ ਇਹਨਾਂ ਨੂੰ ਭਗੌੜਾ ਵੀ ਕਰਾਰ ਦੇ ਦਿੱਤਾ ਸੀ। ਫਿਰ ਇੱਕ ਰਾਤ ਹਰਭਜਨ ਸਿੰਘ ਜੀ ਆਪਣੇ ਇੱਕ ਸਾਥੀ ਦੇ ਸੁਪਨੇ ਵਿੱਚ ਆਏ ਅਤੇ ਫਿਰ ਜੋ ਕੁਝ ਹੋਇਆ ਉਸ ਦੀ ਕਿਸੇ ਨੇ ਕਦੇ ਵਿਚਾਰ ਵੀ ਉਮੀਦ ਵੀ ਨਹੀਂ ਕੀਤੀ ਸੀ। ਸੁਪਨੇ ਵਿੱਚ ਹਰਭਜਨ ਸਿੰਘ ਨੇ ਆਪਣੇ ਸਾਥੀ ਨੂੰ ਦੱਸਿਆ ਕਿ ਮੈਂ ਨਾਲਾ ਪਾਰ ਕਰਦੇ ਸਮੇਂ ਨਾਲੇ ਵਿੱਚ ਡਿੱਗ ਪਿਆ ਸੀ ਅਤੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਮੇਰੀ ਮੌਤ ਹੋ ਗਈ ਸੀ। ਇੱਥੋਂ ਤੱਕ ਹਰਭਜਨ ਸਿੰਘ ਨੇ ਸੁਪਨੇ ਦੇ ਵਿੱਚ ਆਪਣੇ ਸਾਥੀ ਨੂੰ ਇਹ ਵੀ ਦੱਸਿਆ ਕਿ ਉਹਨਾਂ ਦਾ ਸਰੀਰ ਕਿਸ ਜਗ੍ਹਾ 'ਤੇ ਹੈ ਅਤੇ ਉਹਨਾਂ ਦੀ ਬੰਦੂਕ ਕਿਸ ਜਗ੍ਹਾ 'ਤੇ ਹੈ। ਅਤੇ ਫਿਰ ਉਸੇ ਸੁਪਨੇ ਦੇ ਮੁਤਾਬਕ ਸਿਪਾਹੀਆਂ ਨੇ ਉਸ ਜਗ੍ਹਾ ਨੂੰ ਲੱਭਿਆ ਜਿਸ ਜਗ੍ਹਾ ਹਰਭਜਨ ਸਿੰਘ ਨੇ ਦੱਸਿਆ ਸੀ। ਤੁਸੀਂ ਸੁਣ ਕੇ ਬੜੇ ਹੈਰਾਨ ਹੋਵੋਗੇ ਕਿ ਉਹਨਾਂ ਦਾ ਸਰੀਰ ਅਤੇ ਬੰਦੂਕ ਠੀਕ ਉਸੇ ਜਗ੍ਹਾ ਤੋਂ ਮਿਲੀ ਜਿਸ ਜਗ੍ਹਾ ਉਹਨਾਂ ਨੇ ਸੁਪਨੇ ਵਿੱਚ ਦੱਸਿਆ ਸੀ। ਹੁਣ ਸੈਨਾ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਨੇ ਹਰਭਜਨ ਸਿੰਘ ਜੀ ਨੂੰ ਭਗੌੜਾ ਕਰਾਰ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਇਸ ਕਰਕੇ ਇਸ ਭੁੱਲ ਵਿੱਚ ਉਹਨਾਂ ਨੇ ਦੁਬਾਰਾ ਸੁਧਾਰ ਕੀਤਾ ਅਤੇ ਫਿਰ ਪੂਰੇ ਸਨਮਾਨ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਜਦੋਂ ਇਹ ਸਭ ਕੁਝ ਹੋ ਗਿਆ ਸੀ ਤਾਂ ਫਿਰ ਹਰਭਜਨ ਸਿੰਘ ਇੱਕ ਦਿਨ ਦੁਬਾਰਾ ਆਪਣੇ ਇੱਕ ਸਾਥੀ ਦੇ ਸੁਪਨੇ ਵਿੱਚ ਆਏ ਅਤੇ ਉਹਨਾਂ ਨੇ ਦੱਸਿਆ ਕਿ ਮੇਰਾ ਸਰੀਰ ਬੇਸ਼ੱਕ ਖਤਮ ਹੋ ਗਿਆ ਹੈ ਪਰ ਮੇਰੀ ਆਤਮਾ ਹਮੇਸ਼ਾ ਡਿਊਟੀ ਦੇ ਉੱਪਰ ਤਾਇਨਾਤ ਰਹੇਗੀ। ਤੁਸੀਂ ਬੇਸ਼ੱਕ ਮੇਰੀ ਸਮਾਧੀ ਬਣਾ ਦੇਣਾ ਪਰ ਮੈਂ ਦੇਸ਼ ਦੀ ਰੱਖਿਆ ਲਈ ਹਮੇਸ਼ਾ ਖੜ੍ਹਾ ਰਹਾਂਗਾ। ਪਹਿਲਾਂ ਕਦੇ ਵੀ ਕਿਸੇ ਦੇਸ਼ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਸੀ ਹੋਈ, ਇਸ ਕਰਕੇ ਇਸ ਗੱਲ ਦੇ ਉੱਪਰ ਯਕੀਨ ਕਰਨਾ ਬਹੁਤ ਜ਼ਿਆਦਾ ਔਖਾ ਸੀ। ਪਰ ਫਿਰ ਵੀ ਲੋਕਾਂ ਦੇ ਸੁਪਨੇ ਵਿੱਚ ਮਰੇ ਹੋਏ ਲੋਕ ਆਉਂਦੇ ਹਨ ਅਤੇ ਬਹੁਤ ਕੁਝ ਕਹਿ ਵੀ ਜਾਂਦੇ ਹਨ। ਇਸ ਵਾਸਤੇ ਹਰਭਜਨ ਸਿੰਘ ਦੇ ਸਾਥੀ ਨੇ ਉਹਨਾਂ ਦੀ ਇਸ ਗੱਲ ਦੇ ਉੱਪਰ ਗੌਰ ਨਾ ਕੀਤਾ। ਅਤੇ ਫਿਰ ਕੀ ਸੀ, ਫਿਰ ਬਾਰਡਰ ਦੇ ਉੱਪਰ ਐਸੀਆਂ ਘਟਨਾਵਾਂ ਹੋਣ ਲੱਗ ਪਈਆਂ ਜੋ ਬਹੁਤ ਜ਼ਿਆਦਾ ਅਜੀਬ ਸਨ। ਜਦੋਂ ਵੀ ਕਿਸੇ ਸਿਪਾਹੀ ਕੋਲੋਂ ਕੋਈ ਅਣਹੋਣੀ ਹੋਣ ਲੱਗ ਦਿੱਤਾ, ਸ਼ਹੀਦ ਹਰਭਜਨ ਸਿੰਘ ਜੀ ਪਹਿਲਾਂ ਹੀ ਉਸ ਦੇ ਸੁਪਨੇ ਵਿੱਚ ਆਣ ਕੇ ਉਸ ਨੂੰ ਸਾਵਧਾਨ ਕਰ ਦਿੰਦੇ ਸਨ। ਜੇਕਰ ਕਿਸੇ ਨੇ ਉਹਨਾਂ ਦੇ ਸੁਪਨੇ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਸੀ। ਇੱਥੋਂ ਤੱਕ ਕਿ ਹਰਭਜਨ ਸਿੰਘ ਕਈ ਵਾਰ ਚਾਈਨਾ ਦੇ ਆਪਰੇਸ਼ਨਾਂ ਦੀ ਜਾਣਕਾਰੀ ਵੀ ਆਪਣੇ ਸਿਪਾਹੀਆਂ ਨੂੰ ਦੇ ਚੁੱਕੇ ਸਨ। ਜਦੋਂ ਲਗਾਤਾਰ ਇਹ ਸਭ ਕੁਝ ਹੋਣ ਲੱਗ ਪਿਆ ਤਾਂ ਸਿਪਾਹੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਸੱਚਮੁੱਚ ਹੀ ਹਰਭਜਨ ਸਿੰਘ ਦੁਆਰਾ ਕਹੀ ਗਈ ਗੱਲ ਸੱਚ ਸੀ ਅਤੇ ਉਹ ਅੱਜ ਵੀ ਉਹਨਾਂ ਦੇ ਨਾਲ ਹੀ ਹਨ। ਜਦੋਂ ਇਹ ਸਾਰੀ ਚਰਚਾ ਜ਼ਿਆਦਾ ਵਧਣ ਲੱਗ ਪਈ ਤਾਂ ਹੌਲੀ ਹੌਲੀ ਇਹ ਗੱਲਾਂ ਸੀਨੀਅਰ ਅਫਸਰਾਂ ਤੱਕ ਵੀ ਪਹੁੰਚੀਆਂ ਅਤੇ ਸ਼ੁਰੂਆਤ ਵਿੱਚ ਉਹਨਾਂ ਨੇ ਵਿਸ਼ਵਾਸ ਨਾ ਕੀਤਾ, ਪਰ ਫਿਰ ਉਹਨਾਂ ਨੇ ਇਸ ਚੀਜ਼ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇੱਕ ਇੱਦਾਂ ਦੀ ਘਟਨਾ ਹੋਈ ਜਿਸ ਨੂੰ ਸੁਣ ਕੇ ਤੁਸੀਂ ਬਹੁਤ ਹੈਰਾਨ ਹੋ ਜਾਵੋਗੇ। ਹਰਭਜਨ ਸਿੰਘ ਜੀ ਨੇ ਆਪਣੇ ਇੱਕ ਸੀਨੀਅਰ ਅਫਸਰ ਦੇ ਸੁਪਨੇ ਵਿੱਚ ਆ ਕੇ ਕਿਹਾ ਕਿ ਤੁਹਾਨੂੰ ਚਾਈਨਾ ਦੇ ਵੱਲੋਂ ਇੱਕ ਚਿੱਠੀ ਆਵੇਗੀ ਜਿਸ ਵਿੱਚ ਮੇਰੀ ਸ਼ਿਕਾਇਤ ਹੋਣੀ ਹੈ। ਸੁਪਨੇ ਵਿੱਚ ਦੱਸੇ ਅਨੁਸਾਰ ਹੀ ਇੱਕ ਚਿੱਠੀ ਆਈ ਜਿਸ ਦੇ ਵਿੱਚ ਲਿਖਿਆ ਸੀ ਕਿ ਤੁਹਾਡਾ ਇੱਕ ਸਿਪਾਹੀ ਸਫੇਦ ਰੰਗ ਦੇ ਘੋੜੇ 'ਤੇ ਸਵਾਰ ਹੋ ਕੇ ਬਾਰਡਰ ਦੇ ਬਹੁਤ ਕਰੀਬ ਆ ਜਾਂਦਾ ਹੈ ਅਤੇ ਇਹ ਗੱਲ ਠੀਕ ਨਹੀਂ ਹੈ, ਉਸ ਨੂੰ ਰੋਕਣਾ ਚਾਹੀਦਾ ਹੈ। ਹੁਣ ਇਸ ਘਟਨਾ ਤੋਂ ਬਾਅਦ ਸਭ ਨੂੰ ਯਕੀਨ ਹੋ ਗਿਆ ਕਿ ਬਰਫੀਲੇ ਤੂਫਾਨਾਂ ਦੇ ਵਿੱਚ ਜਦੋਂ ਸਿਪਾਹੀ ਡਿਊਟੀ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਵਿੱਚ ਇੱਕ ਸਿਪਾਹੀ ਵੀ ਮੌਜੂਦ ਹੁੰਦਾ ਹੈ ਜੋ ਕਿ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਉਹ ਕੋਈ ਆਮ ਇਨਸਾਨ ਨਹੀਂ ਬਲਕਿ ਇੱਕ ਸ਼ਹੀਦ ਦੀ ਆਤਮਾ ਹੈ। ਅਤੇ ਇਸ ਗੱਲ ਦੀ ਪੁਸ਼ਟੀ ਖੁਦ ਚਾਈਨਾ ਦੇ ਸਿਪਾਹੀਆਂ ਨੇ ਵੀ ਕੀਤੀ। ਹੌਲੀ ਹੌਲੀ ਜਦੋਂ ਹਰਭਜਨ ਸਿੰਘ ਜੀ ਦੀ ਚਰਚਾ ਹਰ ਜਗ੍ਹਾ ਹੋਣ ਲੱਗ ਪਈ ਤਾਂ ਉਹ ਹਰਭਜਨ ਸਿੰਘ ਤੋਂ ਬਾਬਾ ਹਰਭਜਨ ਸਿੰਘ ਜੀ ਹੋ ਗਏ ਅਤੇ ਉਹਨਾਂ ਦੇ ਨਾਮ 'ਤੇ ਬੰਕਰ ਨੂੰ ਮੰਦਰ ਬਣਾ ਦਿੱਤਾ ਗਿਆ ਅਤੇ ਸ਼ਹੀਦ ਬਾਬਾ ਹਰਭਜਨ ਸਿੰਘ ਜੀ ਦੀ ਵਰਦੀ, ਉਹਨਾਂ ਦਾ ਜੋੜਾ ਅਤੇ ਇੱਥੋਂ ਤੱਕ ਉਹਨਾਂ ਦੇ ਬਾਕੀ ਜ਼ਰੂਰੀ ਸਮਾਨ ਉੱਥੇ ਰੱਖ ਦਿੱਤੇ ਗਏ ਹਨ ਅਤੇ ਸਾਰੀ ਸੈਨਾ ਨੇ ਉਹਨਾਂ ਨੂੰ ਡਿਊਟੀ 'ਤੇ ਤੈਨਾਤ ਸਿਪਾਹੀ ਦਾ ਦਰਜਾ ਦੇ ਦਿੱਤਾ। ਸਿਰਫ ਇੰਨਾ ਹੀ ਨਹੀਂ, ਇੱਕ ਸਿਪਾਹੀ ਦੇ ਉੱਪਰ ਜਿੰਨੇ ਵੀ ਨਿਯਮ ਲਾਗੂ ਕੀਤੇ ਜਾਂਦੇ ਹਨ ਉਹ ਸਾਰੇ ਬਾਬਾ ਹਰਭਜਨ ਸਿੰਘ ਜੀ ਦੇ ਉੱਪਰ ਵੀ ਲਾਗੂ ਕੀਤੇ ਜਾਣ ਲੱਗੇ। ਉਹ ਭਾਵੇਂ ਛੁੱਟੀ ਹੋਵੇ ਜਾਂ ਤਨਖਾਹ ਹੋਵੇ ਜਾਂ ਫਿਰ ਉਹ ਪ੍ਰਮੋਸ਼ਨ ਹੋਵੇ, ਹਰੇਕ ਚੀਜ਼ ਉਹਨਾਂ ਨੂੰ ਸਮੇਂ-ਸਮੇਂ 'ਤੇ ਮਿਲਦੀ ਰਹੀ ਹੈ। ਸ਼ਹੀਦ ਬਾਬਾ ਹਰਭਜਨ ਸਿੰਘ ਜੀ ਦੇ ਮੰਦਰ ਦੀ ਜ਼ਿੰਮੇਵਾਰੀ ਖੁਦ ਭਾਰਤ ਦੀ ਫੌਜ ਨੇ ਲਈ ਹੈ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾਂਦਾ, ਪਰ ਜਿੱਦਾਂ ਹੀ ਰਾਤ ਨੂੰ ਹਨੇਰਾ ਹੋਣ ਲੱਗਦਾ ਹੈ ਤਾਂ ਮੰਦਰ ਦੇ ਦਰਵਾਜ਼ੇ ਬੰਦ ਹੋਣ ਲੱਗ ਜਾਂਦੇ ਹਨ, ਕਿਉਂਕਿ ਇਹ ਉਹ ਸਮਾਂ ਹੁੰਦਾ ਸੀ
ਜਦੋਂ ਬਾਬਾ ਹਰਭਜਨ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਦੁਸ਼ਮਣਾਂ ਦੇ ਵੱਲ ਨੂੰ ਪਹਿਰਾ ਦੇਣ ਜਾਂਦੇ ਸਨ, ਕਈ ਵਾਰੀ ਸਿਪਾਹੀਆਂ ਨੇ ਇਹ ਵੀ ਵੇਖਿਆ ਹੈ ਕਿ ਜਿਸ ਬਿਸਤਰ ਦੇ ਉੱਪਰ ਬਾਬਾ ਹਰਭਜਨ ਸਿੰਘ ਜੀ ਨੂੰ ਚਾਦਰ ਤਾਣ ਕੇ ਸਮਾਇਆ ਜਾਂਦਾ ਸੀ, ਉਸ ਬਿਸਤਰ ਉੱਪਰ ਵੱਟ ਪੈ ਜਾਂਦੇ ਸਨ ਜਿਵੇਂ ਕਿ ਕੋਈ ਉਹਦੇ ਉੱਪਰ ਸੌਂ ਰਿਹਾ ਹੋਵੇ। ਜਿਹੜੀ ਜੁੱਤੀ ਨੂੰ ਸਾਫ਼ ਕਰਕੇ ਉਹਨਾਂ ਦੇ ਕਮਰੇ ਵਿੱਚ ਰੱਖਿਆ ਜਾਂਦਾ ਸੀ ਉਹਨਾਂ ਨੂੰ ਵੀ ਮਿੱਟੀ ਲੱਗ ਜਾਂਦੀ ਸੀ। ਬੇਸ਼ੱਕ ਜਿੰਨਾ ਮਰਜ਼ੀ ਤੂਫਾਨ ਆਏ ਜਾਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ, ਸੈਨਿਕਾਂ ਨੂੰ ਇਹ ਵਿਸ਼ਵਾਸ ਰਹਿੰਦਾ ਸੀ ਕਿ ਬਾਬਾ ਹਰਭਜਨ ਸਿੰਘ ਜੀ ਉਹਨਾਂ ਦੇ ਨਾਲ ਪਹਿਰੇ ਦੇ ਉੱਪਰ ਹਨ। ਉਹ ਨਾ ਸਿਰਫ ਦੇਸ਼ ਦੀ ਰੱਖਿਆ ਕਰਦੇ ਹਨ ਬਲਕਿ ਆਪਣੇ ਸਾਥੀਆਂ ਨੂੰ ਮੁਸ਼ਕਲਾਂ ਤੋਂ ਵੀ ਬਚਾਉਂਦੇ ਹਨ। ਹੌਲੀ ਹੌਲੀ ਸ਼ਹੀਦ ਬਾਬਾ ਹਰਭਜਨ ਸਿੰਘ ਜੀ ਦੀ ਆਸਥਾ ਵੀ ਵੱਧਦੀ ਗਈ ਅਤੇ ਫਿਰ ਨਾਥੂਲਾ ਦੇ ਵਿੱਚ ਉਹਨਾਂ ਦੇ ਨਾਮ 'ਤੇ ਇੱਕ ਬਹੁਤ ਵੱਡਾ ਮੰਦਰ ਬਣਾ ਦਿੱਤਾ ਗਿਆ ਜਿਸ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਸਿਪਾਹੀਆਂ ਦੀ ਹੀ ਹੈ, ਪਰ ਬਹੁਤ ਸਾਰੇ ਲੋਕ ਵੀ ਹੁਣ ਦੇਸ਼ ਦੇ ਸੱਚੇ ਸਿਪਾਹੀ ਦੇ ਸਥਾਨ 'ਤੇ ਦਰਸ਼ਨ ਕਰਨ ਪਹੁੰਚਦੇ ਹਨ। ਲੋਕ ਇੱਥੇ ਪਾਣੀ ਦੀਆਂ ਬੋਤਲਾਂ ਵੀ ਚੜ੍ਹਾਉਂਦੇ ਹਨ ਕਿਉਂਕਿ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਇਸ ਜਗ੍ਹਾ ਆਣ ਕੇ ਪਾਣੀ ਦੀ ਬੋਤਲ ਚੜ੍ਹਾ ਸਕਦਾ ਹੈ ਅਤੇ 3 ਦਿਨਾਂ ਬਾਅਦ ਉਹ ਆਪਣੀ ਪਾਣੀ ਦੀ ਬੋਤਲ ਇਸ ਜਗ੍ਹਾ ਤੋਂ ਲੈ ਜਾਵੇ ਅਤੇ 21 ਦਿਨਾਂ ਤੱਕ ਉਹ ਇਸ ਪਾਣੀ ਨੂੰ ਪੀਵੇ, ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਦੂਰ ਹੋ ਜਾਂਦੇ ਹਨ। ਤੁਸੀਂ ਬੇਸ਼ੱਕ ਹੁਣ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋ ਅਤੇ ਬਾਬਾ ਸ਼ਹੀਦ ਹਰਭਜਨ ਸਿੰਘ ਜੀ ਦੀ ਇਸ ਸੱਚੀ ਕਹਾਣੀ ਨੂੰ ਕਾਲਪਨਿਕ ਸਮਝ ਰਹੇ ਹੋਵੋ, ਪਰ ਇਹ ਕਹਾਣੀ ਪੂਰੀ ਤਰ੍ਹਾਂ ਸੱਚ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ। ਅਤੇ ਇੱਥੇ ਆਪ ਜੀ ਨੇ ਵੀ ਦੱਸ ਦਿੰਦੇ ਆ ਕਿ ਬਾਬਾ ਸ਼ਹੀਦ ਹਰਭਜਨ ਸਿੰਘ ਜੀ ਦੇ ਨਾਮ 'ਤੇ ਬਹੁਤ ਸਾਰੀਆਂ ਮੂਵੀਆਂ ਵੀ ਬਣ ਚੁੱਕੀਆਂ ਹਨ ਜੋ ਇਸ ਗੱਲ ਦਾ ਸਬੂਤ ਹਨ ਕਿ ਲੋਕ ਇਹਨਾਂ ਦੇ ਉੱਪਰ ਕਿੰਨਾ ਯਕੀਨ ਕਰਦੇ ਹਨ। ਤੁਹਾਡੀ ਇਸ ਦੇ ਉੱਪਰ ਕੀ ਰਾਏ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਵਿੱਚ ਦੱਸਣਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਔਰ ਸ਼ੇਅਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।